سل لے علٰی نبی نو سل لے علٰی محمد سل لے علٰی شفیع نو سل لے علٰی محمد سل لے علٰی شفیع نو سل لے علٰی محمد عطا کس کی مجال دم برے صفۃ رسول کی کرے अरे किसकी मजाल दम बरे सिफत रसूल की करे जिस पर खुदा ने खुद कहा जिस पर खुदा ने खुद कहा सल्ले आला मुहम्मद सल्ले आला शफी ना अला आला सल्ले अला आला सल्ले अला मुँह और पूछेगा मुझसे जब खुदा कम किया है नेक क्या अरे पूछेगा मुझसे जब खुदा कम किया है नेक क्या साफ कहूँगा बर मला साफ कहूँगा बर मला अला आला ਸੱਲੇ ਅੱਲਾ ਨਬੀਏ ਨ ਸੱਲੇ ਅੱਲਾ ਮੁਹੰਮਦin ਅਉਜ਼ ਬਿਲਲਾਹਿ ਮਿਨਿ ਸ਼ੈਤਾਨ ਨਰਜੀਮ ਬਿਸਮਿਲਲਾਹਿ ਰਹਿਮਾਨ ਰਹੀਮ ਮੇਰੇ ਦੋਸਤੋ ਤੇ ਮੇਰੇ ਇਸਲਾਮੀ ਭੈਣ ਭਰਾਓ ਬੱਚੋ ਅੱਜ ਤੁਹਾਨੂੰ ਮੈਂ ਉਹ ਚੀਜ਼ ਦਾ ਵਿੱਚ ਰਾਜ਼ ਪਾਸ਼ ਕਰ ਲਗਾ ਤੁਹਾਡੇ ਨਾਲ ਜਿਹੜਾ ਤੁਹਾਨੂੰ ਮੈਂ ਕਹਿੰਦਾ ਹਾਂ ਤੁਸੁਰਮ ਜ਼ੰਬਲ 100 ਦਫਾ ਪੜੋ ਨਨ ਵਕਸਰ ਕਰਨੇ ਉਹ ਸੌਦ ਆਫ ਅਪੜੋ ਤਾੜੇ ਇੱਕ ਦਿਨ ਸਾਰੇ ਕੰਮ ਹੋਣਗੇ ਲੋ ਬੱਚੋ ਸੂਰਮ ਨੰਬਰ 100 ਦਫਾ ਜਦੋਂ ਪੜਦਾ ਬੰਦਾ ਤੇ ਫਿਰ ਉਹਦੇ ਨਾਲ ਤੇਰੀ مخلوਕ ਆਉਂਦੀ ਹੈ ਤੁਹਾਨੂੰ ਮੈਂ ਥੋੜਾ ਜਿਹਾ ਉਹਦੇ ਬਾਰੇ ਦੱਸਣਾ ਚਾਹਨਾ ਤੇ ਤੁਸੀਂ ਉਹਦੇ ਬਾਅਦ ਸੁਣੋ ਕਿ ਇਨਸ਼ਾਅੱਲਾ ਅਗਰ ਤੁਸੀਂ ਵੀ ਤਕਰਾਰ ਨਾਲ ਹੀ ਪੜੋਗੇ ਤੁਹਾਨੂੰ ਮੈਂ ਕਹਿੰਨਾ ਤਕਰਹਾਂ ਨਾ ਪੜੋ ਸੂਰਮ ਨੰਬਰ ਤਕਰਾਰ ਨਾ ਪੜੋ ਕਿਉਂ ਕਹਿੰਨਾ ਕਿਉਂ ਤੁਸੀਂ ਉਸ ਟਾਈਮ ਤੋਂ ਬੁਲਾਣਾ ਸ਼ੁਰੂ ਕਰ ਦਿੰਦੇ ਮਖਲੂਕ ਕੋਸ਼ਟਾ ਨੂੰ ਪਤਾ ਲੱਗ ਜਾਂਦਾ ਤੇ ਤੁਹਾਨੂੰ ਬੁਲਾ ਰਿਹਾ ਹੈ ਇਸ ਟਾਈਮ ਕੋਈ ਲੋ ਬੱਚੋ ਇਹ ਸੂਰਮ ਨਬਲ ਜਦੋਂ ਮੈਂ ਨਵੇਂ ਨਵੇਂ ਸ਼ੁਰੂ ਕੀਤੇ ਸੀ ਤੇ ਮੈਂ ਜਾ ਕੇ ਇੱਕ ਜਗ੍ਹਾ ਤੇ ਪੜ੍ਹਨੀ ਸ਼ੁਰੂ ਕੀਤੀ ਦਰਬਾਰ ਤੇ ਬਹਿ ਕੇ ਸਾਡੇ ਕੋਲ ਕਬਰਸਤਾਨ ਹੈ ਉੱਥੇ ਲਾ ਕੇ ਦਰਬਾਰ ਹੈਗਾ ਉੱਥੇ ਜਾ ਕੇ ਪੜ੍ਹੀ ਬੱਚੋ ਜਦੋਂ ਮੈਂ 100 ਦਫਾ ਪੜ੍ਹ ਕੇ ਘਰ ਆ ਗਿਆ ਰਾਤ ਨੂੰ ਜਦੋਂ ਪੋਹ ਮਾਂ ਦੀਆਂ ਰਾਤਾਂ ਬੱਚੋ ਪੋਹ ਮਾਂ ਦੀਆਂ ਰਾਤਾਂ ਤੇ ਮੈਂ ਕੋਕ ਨਿੰਦਰਾ ਕੇ ਯਾਰਾਂ ਵਿੱਚ ਸੌ ਗਿਆ ਬੱਚੋ ਚਾਰ ਜਿੰ ਕਿੰਨੇ ਚਾਰ ਜਿੰ ਸੰਗੀਤਾਰ ਸੋਲੋ ਚਾਰ ਜਿੰ ਆ ਕੇ ਦੋ ਮੇਰੇ ਮੰਜੀ ਦੇ ਪਾਵੇਲ ਸਾਈਡ ਤੇ ਖਲੋਗੇ ਦੋ ਸਰਾਣੇ ਵਾਲੇ ਪਾਸੇ ਖਲੋਗੇ ਬੱਚੋ ਉਹਨਾਂ ਨੇ ਫੜ ਗਿਆ ਮੱਝ ਨੂੰ ਹਾਂ ਮੈਂ ਹਲਾਰਾ ਦਿੱਤਾ ਇਸ ਤਰ੍ਹਾਂ ਕਰਕੇ ਜਦੋਂ ਹਲਾਰਾ ਦਿੱਤਾ ਤਾਂ ਮੈਂ ਉੱਠ ਕੇ ਬਹਿ ਗਿਆ ਦੇਖਿਆ ਤੇ ਇਹ ਜਾਗ ਦੀ ਅੱਖਾਂ ਦੀ ਗੱਲ ਕਰ ਰਿਹਾ ਤਾਂ ਨਾ ਕੋਈ ਖਾਬ ਦੀ ਗੱਲ ਨਹੀਂ ਕਰ ਰਿਹਾ ਇਹ ਮੈਂ ਕਿ ਜਾਗ ਦੀ ਅੱਖੀ ਆ ਜਾਂਦੇ ਨੇ ਸਾਹਮਣੇ ਤਾਂ ਮੈਂ ਕਹਿੰਦਾ ਜਾਗ ਦੀ ਅੱਖੀ مخلوਕ ਆ ਜਾਂਦੀ ਸਾਹਮਣੇ ਬੱਚੋ ਦੋ ਸਰਾਨੇ ਵਾਲੇ ਪਾਸੇ ਦੋਸਤ ਪਾਸੇ ਉਹਨੇ ਮੈਨੂੰ ਹਲਾੜਾ ਦੇ ਕੇ ਉਠਾ ਲਿਆ ਮੈਨੂੰ ਕਹਿੰਦੇ ਹਾਂ ਜੀ ਕੱਦ ਲਈ ਬੁਲਾਇਆ ਜ ਸਾਨੂੰ ਬੱਚੋ ਹੋਇਆ ਜਰਾ ਚੰਗੇ ਦਾ ਸੁਣ ਲੋ ਉਸ ਟੰਬ ਦੇਲੇ ਡਾ ਰੱਖੀਦਾ ਅਰਮ ਦਾਸ ਦਾ ਇਸ ਲਈ ਉਹ ਕਹਿੰਦਾ ਉਸਤਾਦ ਤੋਂ ਬਿਨਾ ਕਦੀ ਇਹ ਕੰਮ ਨਾ ਕਰੋ ਉਸਤਾਦ ਹੋਵੇ ਤਾਂ ਫਿਰ ਡਰੀ ਕੋਈ ਨਹੀਂ ਹੁੰਦਾ ਬੱਚੋ ਮੈਂ ਉਹਨਾਂ ਨਾਲ ਉਹਨਾਂ ਨਾਲ ਗੱਲ ਇੱਕ ਵਾਰ ਕੀਤੀ ਹੁਣ ਸਲਾਮ ਲਿਆ ਉਹਨਾਂ ਨਾਲ ਗੱਲਬਾਤ ਪੁੱਛ ਕੇ ਮੈਨੂੰ ਕਹਿੰਦੇ ਹਾਂ ਜੀ ਕਿੱਥੇ ਜਾਣਾ ਮੈਂ ਉਹਨਾਂ ਨੂੰ ਦੱਸਿਆ ਵੀ ਮੈਸ ਜਗ੍ਹਾ ਮੈਨੂੰ ਲੈ ਕੇ ਜਾਓ ਉਹਨਾਂ ਮੈਨੂੰ ਉਸ ਟਾਈਮ ਕਹਿੰਦੇ ਅੱਖਾਂ ਬੰਦ ਕਰ ਮੈਨੂੰ ਉਸ ਟਾਈਮ ਉਸ ਜਗ੍ਹਾ ਤੇ ਪੂਰਾ ਰੌਣ ਲਵਾ ਕੇ ਲਿਆ ਕੇ ਪੂਰੇ 10-15 ਮਿੰਟ ਮੈਨੂੰ ਉਹਨਾਂ ਨੇ ਸੈਲੋ ਤਫਰੀਕ ਰਾਹ ਇਕਰਾਰ ਕਹਿੰਦੇ ਅੱਖਾਂ ਖੋਲੋ ਅੱਖਾਂ ਖੋਲੀਆਂ ਤੇ ਮੈਂ ਆਪਣੀ ਜਗ੍ਹਾ ਤੇ ਮੰਜੀ ਤੇ ਬੈਠ ਆ ਗਿਆ ਵਾਪਸ ਤੇ ਬੱਚੋ ਫਿਰ ਪਹਿਲੇ ਦਿਨ ਚਲੇ ਗਏ ਲੋ ਬੱਚਾ ਪਹਿਲੇ ਦਿਨ ਦਾ ਤਾਂ ਮੈਂ ਵਾਕਿਆ ਸੁਣਾ ਰਿਹਾ ਸੁਰਮ ਜੰਮਲ ਦਾ ਪਹਿਲੇ ਦਿਨ ਪੜਨ ਨਾਲ ਫਿਰ ਮੈਂ ਦੂਜੇ ਦਿਨ ਜਾ ਕੇ ਉੱਥੇ ਪੜੀਏ ਪਹਿਲੇ ਤਾਂ ਹੈ 4 ਦਿਨ ਫਿਰ ਨਾਲ ਇੱਕ ਨਾਲ ਜਿੰਨੀ ਵੀ ਆਈ ਉਹਨਾਂ ਦੇ ਚਾਰ ਜਨਤੇ ਕੋਨਾਂ ਦੇ ਨਾਲ ਜਿੰਨੇ ਆਏ ਪੰਜ ਜਾਣੇ ਆਏ ਨੇ ਮੇਰੇ ਦੋਸਤੋ ਐਗਲੀਆਂ ਗੱਲਾਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੋ ਉਹਨਾਂ ਨੇ ਮੇਰੇ ਨਾਲ ਕੀਤੀਆਂ ਕਿ ਜੋ ਤੁਹਾਨੂੰ ਮੈਂ ਦੱਸਿਆ ਕੋ ਰਾਜ਼ ਵੀ ਕੁ ਸ਼ਾਇਦ ਹੀ ਠੀਕ ਹੈ ਫਿਰ ਮੈਂ ਤਿਹਜ ਦਿਨ ਪੜਿਆ ਫਿਰ ਉਹਨਾਂ ਦੀ ਇੱਕ ਪੂਰੀ ਪਖਰੀ ਜਿੰਨਾ ਤਾਂ ਦੀ ਉਹ ਮੇਰੇ ਮੋਕਲਾਤਾਂ ਦੇ ਬਾਅਦ ਚ ਇਹ ਤੁਹਾਨੂੰ ਮੈਂ ਦੱਸਦਾ ਜਿਹੜੇ ਇਹ ਮੋਕਲਾਤ ਨੇ ਉਹ ਬਾਅਦ ਚ ਜਨਾਤ ਦੇ ਫੋਰੀ ਤੌਰ ਦੇ ਨਾਲ ਹੀ ਆ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਤਕਲੀਫ ਹੁੰਦੀ ਉਸ ਸ਼ਰਮ ذم دل پڑਦੇ ਹੋ ਤੇ ਉੱਥੇ ਜਿੰਨੀ ਪਖਰੀ ਸੀ ਮੇਰੇ ਨਾਲ ਆ ਗਈ ਅਗੋਟਾ ਆਡੀ ਆਪਣੀ ਮਰਜ਼ੀ ਤੁਸੀਂ ਉਹਨਾਂ ਕੋਲ ਕੰਮ ਲੈਣਾ ਹੈ ਕੰਮ ਲਵੋ ਜੋ ਤੁਸੀਂ ਕਹਿੰਦੇ ਵੀ ਨਹੀਂ ਅਸੀਂ ਵੀ ਤੁਹਾਡਾ ਕੋਈ ਨਿਗਰਾਨਾ ਤੁਸੀਂ ਆਪਣੇ ਕੰਮ ਕਰੋ ਜਾ ਸਕਦੇ ਤੁਸੀਂ ਉਹ ਫਿਰ ਤੁਹਾਡੇ ਕੋਲ ਆਣਗੇ ਤੁਸੀਂ ਫਿਰ ਕਹਿੰਦੇ ਆ ਵੀ ਅਸੀਂ ਅੱਲਾ ਤਬਾ ਕਰਨਾ ਸੇ ਪੜਾਈ ਕਰ ਰਹੇ ਆ ਮੈਂ ਤੁਹਾਨੂੰ ਨਾ ਕਾਬੂ ਕਰਨਾ ਸੇ ਕਰ ਰਹੇ ਆ ਨਾ ਤੁਹਾਨੂੰ ਬੁਲਾਣਾ ਸੇ ਕਰ ਰਹੇ ਆ ਐਸੇ ਮੈਂ ਆਪਣੇ ਅੱਲਾ ਨੂੰ ਰਾਜ਼ੀ ਕਰਨਾ ਸੇ ਕਰ ਰਹੇ ਆ ਉਹ ਤਾਂ ਆਪਣੇ ਆਪ ਚਲੇ ਜਾਏਗੀ ਮਖਲੂਕ ਵਾਪਸ ਚਲੀ ਜਾਏਗੀ ਤੁਹਾਨੂੰ ਆ ਕੇ ਫਿਰ ਵੀ ਨਹੀਂ ਆਏਗੀ ਰਾਡ ਕੋ ਠੀਕ ਹੈ ਫਿਰ ਜੇ ਪੜੋਗੇ ਫਿਰ ਵੀ ਆ ਸਕਦੀ ਫਿਰ ਆ ਗਈ ਤੁਹਾਨੂੰ ਆਕੇਗੀ ਤੁਹਾਨੂੰ ਦੱਸੋ ਜੀ ਕੋਈ ਕਾਹਦੇ ਲਈ ਬੁਲਾਇਆ ਜੇ ਬੱਚੋ ਘਟਾਓੜੇ ਆਪਣੀ ਜੇ ਤੁਸੀਂ ਵਾਪਸ ਜਾਣੇ ਜਾਂਦੇ ਵਾਪਸ ਚਲੇ ਜਾਣਗੇ ਤੁਹਾਨੂੰ ਕੋਈ ਗੱਲ ਨਹੀਂ ਕਰਨਗੇ ਠੀਕ ਹੈ ਲੇਕਿਨ ਪੀਰ 우ਸਤਾਦ ਤਾਂ ਮੈਂ ਕਹਿਆ ਪੀਰ 우ਸਤਾਦ ਫੜ ਕੇ ਫੇਰ ਹੈ ਕੰਮ ਕਰੀਦਾ ਪੀਰ 우ਸਤਾਦ ਬੰਦਾ ਝਾਕਾ ਲਵਾਉਂਦਾ ਹੈ ਪੀਰ 우ਸਤਾਦ ਬੰਦਾ ਝਾਕਾ ਲਵਾਉਂਦਾ ਹੈ ਜਦੋਂ ਮੈਂ ਪੀਰ ਨਹੀਂ ਸੀ ਫੜਿਆ ਤੇ ਮੈਂ ਬਚਪਨ ਦਾ ਹਾਲਮੇ ਸੀ ਮੇਰੇ ਤੇ 12 14 ਸਾਲ ਦੀ ਉਮਰ ਸੀ ਤੇ ਬੱਚੇ ਮੈਂ ਸਾਡੇ ਕੋਲ ਮਸਜਿਦ ਆ ਗਈ ਤੇ ਉੱਥੇ ਨਮਾਜ਼ ਪੜ੍ਹ ਤਹੱਜਾ ਪੜ੍ਹਨ ਚਲਾ ਗਿਆ ਉੱਥੇ ਆਮ ਬੰਦੇ ਬਜ਼ੁਰਗ ਪੜ੍ਹਦੇ ਮੈਂ ਬੱਚਾ ਮੈਂ ਵੀ ਮਨ ਸ਼ੌਕ ਪੈ ਮੈਂ ਪੜਨ ਚਲਾ ਗਿਆ ਨਮਾਜ਼ ਬੱਚੋ ਜਿਹੜਾ ਖੌਫ ਹੁੰਦਾ ਨਾ ਸਤਾਤੋਂ ਬਿਨਾ ਉਹ ਤੁਹਾਨੂੰ ਦੱਸਣ ਕਿ ਖੌਫ ਕਿਨੂੰ ਕਹਿੰਦੇ ਨੇ ਮੈਂ ਤਾਂ ਜਿਤ ਪੜਨ ਗਿਆ ਤੇ ਉਹ ਬਾਬਾ ਅੰਦਰ ਚਾਰ ਵਜੇ ਜਿਹੜਾ ਮੇਰਾ ਉੱਥੇ ਨਮਾਜ਼ ਪੜ੍ਹ ਪੜਦਾ ਹੁੰਦਾ ਬੱਚੋ ਮੈਂ ਚਲਾ ਗਿਆ ਉੱਠ ਕੇ ਚਾਹ ਸੀ ਸ਼ੌਕ ਸੀ 2 ਵਜੇ ਉੱਠ ਕੇ ਚਲਾ ਗਿਆ ਕੱਲਾ ਜਾਗਦ ਮਸਜਿਦ ਖੁੱਲੀਆਂ ਹੁੰਦੀ ਉਸ ਮੁੰਡੇ ਮੈਨੂੰ ਤਾਲੇ ਲੱਗਦੇ ਉਹ ਮਸਜਿਦਨ ਤਾਲੇ ਨਹੀਂ ਲੱਗਦੇ ਹੁੰਦੇ ਮਸਜਿਦ ਖੁੱਲੀਆਂ ਹੁੰਦੀਆਂ ਸੀ ਮਸਜਿਦ ਖੋਲੀ ਜਾਗਾ ਵੁਜ਼ੂ ਕਰਕੇ ਅੰਦਰ ਜਾ ਕੇ ਮੈਂ ਦੋ ਨਫਲ ਨਮਾਜ਼ ਨੀਤੀ ਬੱਚੋ ਖੌਫ ਜਦੋਂ ਆਂਦਾ ਨਾ ਬੰਦੇ ਨੂੰ ਲੱਗੇ ਕਿ ਐਵੇਂ ਸਾਫ ਖੜੀ ਹੋਈ ਸਫ ਤੇ ਬੱਚਾ ਜਦੋਂ ਹੁੰਦਾ ਹੈ ਤਾਂ ਉਸਤਾਦ ਇਨਾ ਝਾਕਾ ਲਾਉਆ ਤੇ ਫਿਰ ਬੰਦਾ ਇਸ ਡਰਦਾ ਉਹ ਇਸ ਤਰ੍ਹਾਂ ਸਾਫ ਖੜੀ ਹੋਈ ਸੀ ਤੇ ਮੈਨੂੰ ਐਵੇਂ ਲੱਗਾ ਕਿ ਐਵੇਂ ਕੋਈ ਜinn ਆ ਕੇ ਖੜਾ ਹੋ ਗਿਆ ਉੱਥੇ ਇਹ ਬਚਪਨ ਪਹਿਲੇ ਦਾੰਦਸ ਰੇ ਅਜੇ ਤੋਂ 40 ਸਾਲ ਪਹਿਲੇ ਤੋਂ ਵਾਕਿਆਤ ਆ ਰਿਹਾ ਜੀ ਦੋ ਬੱਚੋ ਬਸ ਉਹਨੇ ਐਵੇਂ ਮੇਰੇ ਦਿਲ 'ਚ ਖਿਆਲ ਹੀ ਆਇਆ ਹੈ ਵੀ ਜਿੰਨਾ ਕੋ ਤੋ ਉਹ ਐਵੇਂ ਲੱਗੇ ਕਿ ਸਜਮੋ ਜੰਨੀ ਆ ਗਏ ਨੇ ਐਵੇਂ ਆ ਕੇ ਛੋਟ-ਛੋਟ ਦੇ ਰੁਕਤੇ ਖੜ-ਖੜ ਕਰ ਮੇਰੇ ਉੱਤੇ ਚੜਨ ਪੈਰਾਂ ਦੀ ਆਵਾਜ਼ ਆਣ ਬੱਚੋ ਮੈਂ ਖੌਫ ਖਾ ਗਿਆ ਜਿਹੜਾ ਖੌਫ ਆ ਗਿਆ ਤੇ ਫੇਰ ਮੈਂ ਤੁਹਾਨੂੰ ਦੱਸਦਾ ਪੂਰਾ 2 ਵਜੇ ਮੈਂ ਗਿਆ ਨਫਲ ਪੜ੍ਹ ਕੇ ਉੱਤੇ ਸਰਦੀ ਤੇ ਪੋ ਮਾਦਨ ਸੀ ਮੈਂ ਹਕਮਬਲ ਲੈ ਕੇ ਉੱਥੇ ਡਰਦਾ ਇਸ ਤਰ੍ਹਾਂ ਕਰਕੇ ਤੇ ਬੈਠਾ ਰਿਆ ਕੰਬੀ ਜਾ ਰਿਹਾ ਖੌਫ ਆ ਗਿਆ ਮੈਨੂੰ ਬੱਚੋ ਫੇਰ ਮੈਨੂੰ ਉਹ ਬਾਬੇ ਨੇ ਕਿਹਾ ਪੁੱਤਰ ਕੋਈ ਪੀਰ ਫੜ ਤੇ ਫੇਰ ਨਮਾਜ਼ਾਂ ਤਜਦ ਫੇਰ ਕੰਮ ਕਰਿਆ ਕਿ ਪੜਾਈਆਂ ਪੂੜੀਆਂ ਲੋ ਬੱਚੋ ਮੈਂ ਫਿਰ ਉਹ ਬਾਬੇ ਦੀ ਮੰਨ ਕੇ ਪੀਰ ਫੜੇ ਪੀਰ ਸਾਹਿਬ ਨੇ ਫੇਰ ਮੈਨੂੰ ਕਿਹਾ ਪੁੱਤਰ ਇਹ ਕਿਹੜੇ ਜਿੰਨਾ ਤੋਂ ਹੁੰਦੇ ਨੇ ਇਹਨਾਂ ਦਾ ਕੋਈ ਇਹਨਾਂ ਵਜੂਦਿਆ ਰੱਖ ਸਿਰਫ ਡਰਾਉਂਦੇ ਨੇ ਕਰਦੇ ਕੁਛ ਨਹੀਂ ਐ ਬਰੂਪੀਏ ਤੁਸੀਂ ਦੇਖੇ ਅਕਸਰ ਤੁਸੀਂ ਦੇਖੇ ਸੜਕਾਂ ਤੇ ਬਰੂਪੀਏ ਲੈ ਕੇ ਹਥਾਂ ਤੇ ਰੰਗਰ ਲਾਏ ਹੁੰਦੇ ਨੇ ਿੱਟਾਂ ਫੜੀਆਂ ਹੁੰਦੀਆਂ ਵੀ ਲੱਗਦਾ ਮਾਰ ਦੇਣਗੇ ਐਸਾਂ ਕਰਕੇ ਡਰਾਉਂਦੇ ਨੇ ਬੰਦੋ ਤੋਂ ਬੰਦਾ ਐਵੇਂ ਕਰੇ ਨਾਲ ਉਹ ਬੰਦਾ ਪੈਰੀ ਪਾਇਦਾ ਬਰੂਪੀਆ ਜਿਹੜਾ ਹੁੰਦਾ ਬੱਚੋ ਇਸ ਲਈ ਜਿੰਨਾ ਤੋਂ ਉਹਨੇ ਬਰੂਪੀਏ ਡਰਾਉਂਦੇ ਨੇ ਲੈ ਕਰਦੇ ਕੁਝ ਨਹੀਂ ਜੇ ਇਹ ਮੇਰੀ ਤੁਸੀਂ ਗੱਲ ਯਾਦ ਕਰ ਲੈਣੀ ਹੈ ਜਿੰਨੇ ਵੀ ਪੁੱਤਰ ਇਹ ਪੜ੍ਹਾਈ ਕਰਨੀ ਹੈ ਤੇ ਪੇੜ ਜੀ ਜਾਸਦੋ ਮੀਨਾਂ ਨਹੀਂ ਜੇ ਪੜ੍ਹਨੀ ਤਾਂ ਮੈਂ ਦੱਸਦਾ ਸੂਰਤ ਮੰਮਲ ਟਕਰਾਉਣ ਨਾਲ ਤੁਹਾਨੂੰ ਕਿਹਾ ਪੜੋਗੇ ਤੇ ਉਸੇ ਦਿਨ ਜਿੰਨਾ ਆ ਜਾਂਦੇ ਨੇ ਜਿੰਨਾ ਜਿੰਨੇ ਦੇਖਣ ਦਾ ਸ਼ੌਕ ਹੈ ਉਹ ਵੀ ਮੁਕਲਾ ਦੇ ਬੜੇ ਚਿਹਰੇਬਾ ਆਂਦੇ ਨੇ ਉਹ ਮੁਕਲਾ ਦੇ ਬੰਦਾ ਪੜਾਈ ਕਰ ਕਰਕੇ ਪੈਦਾ ਕਰਦਾ ਉਹਨੂੰ ਤਾਕਤ ਦਿੰਦਾ ਫਿਰ ਉਹਨਾਂ ਦਾ ਕੰਮ ਸ਼ੁਰੂ ਹੁੰਦਾ ਹੈ ਪਹਿਲੇ ਜਿੰਨਾ ਧਿਆਨ ਦੇ ਲੋ ਬੱਚੋ ਇਹ ਤੁਸੀਂ ਹੁਣ ਚੰਗੀ ਤਰ੍ਹਾਂ ਸਮਝ ਗਏ ਜੀ ਸੂਰਮ ਜੰਮਲ ਦਾ ਕਿਹਦਾ ਕ੍ਰਿਸ਼ਮਾ ਤੇ ਕੈਸੀ ਇਹਦੀ ਪਾਵਰ ਹੈਗੀ ਹੈ ਲੋ ਫਿਰ ਬੱਚੋ ਇਹ ਹੁਣ ਤੁਸੀਂ ਇਹਨੂੰ ਯਾਦ ਕਰੋ ਯਾਦ ਕਰਕੇ ਜਾਤ ਲੈਣੀ ਹੈ ਆਪਣੇ ਪੀਰ ਦੀ ਉਸ ਬਾਅਦ ਤੱਕ ਉਹਨੇ ਵੀਡੀਓ ਬੱਚੇ ਅੱਛੀ ਲੱਗੇ ਇਹਨੂੰ ਸਬਸਕ੍ਰਾਈਬ ਵੀ ਕਰਨਾ ਜੇ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਹੈ ਔਰ ਤਾਨੂੰ ਮੈਂ ਕਿਹਾ ਯਾਰ ਵਿੱਚ ਹਿੱਸਾ ਜ਼ਰੂਰ ਪਾਇਆ ਕਰੋ ਤਾਨੂੰ ਰਾਜ਼ ਤਾਂ ਬਸ ਮੇਰਾ ਯਾਰ ਕੋਈ ਬਣਿਆ ਦਾ ਹੈ ਤੇ WhatsApp ਨੰਬਰ ਵੀ ਮੇਰਾ ਇਸੇ ਨੰਬਰ ਤੇ ਹੈਗਾ ਜੀ ਜਿੱਦੋਂ ਚਾਹੇ ਤੁਸੀਂ ਫੋਨ ਕਰ ਸਕਦੇ ਹੋ ਕੋਈ ਵੀ ਕੋਈ ਐਸਾ ਮਸਲਾ ਬਣੇ ਤੁਸੀਂ ਮੇ ਨਾਲ ਰਾਬਤਾ ਕਰ ਸਕਦੇ ਹੋ ਲੋ ਬੱਚੋ ਫਿਰ ਅਸਲਾਮੁਅਲੈਕਮ